रे मन ऐसो कर सन्यासा, बण से सदन सबह कर समझो मन ही माहे उदासा जात की जटा जोग को मजन नेम के नखन बढ़ाओ ज्ञान गुरु आत्म उपदेशो नाम विभूत लगाओ अल्प आहार सुलभ सी निंद्रा दया क्षिमा तनप्रीत सील संतोख सदा निर्बहब त्रिगुण अतीत काम क्रोध हंकार लोभ हठ मोहन लिया लियावै तब ही आत्म तत्को दर्से परम पुरख कह पावे ਸਤਗੁਰ ਦੀਨ ਦੇਵ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਆਵਾਜ਼ਾ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗਰੀਬ ਨਿਵਾਜ਼ ਭਗਤ ਵੱchsel ਕਿਰਪਾ ਨਿਦ ਦੀਨ ਦਿਆਲ ਰਹਿਮਤੇ ਹਰ ਗੰਝ ਸਤਿਗੁਰੂ ਗੁਰਤਾਰ ਤਰਨ ਹਾਰਿਆ ਐਸੇ ਪਰਮ ਦਿਆਲ ਲਾਲ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਜਿਥੋਂ ਅੱਜ ਦੀ ਸਤਗੁਰਾਂ ਨੇ ਅਰੰਭਤਾ ਕਰਾਈ ਹੈ ਮਨੁੱਖਤਾ ਨੂੰ ਇੱਕ ਸੁਜਾਜੀ ਜੀਵਨ ਜਾਚ ਬਖਸ਼ਿਸ਼ ਕਰਦੇ ਆ ਪਾਤਸ਼ਾਹ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਨੇਹ ਆ ਜਗਤ ਨੂੰ ਵਰਤਾ ਰਹੇ ਨੇ ਪਰਿਵਾਰ ਦਾ ਤਿਆਗ ਕਰਕੇ ਸਮਾਜ ਨੂੰ ਪਿੱਠ ਵਿਖਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਗੌੜਾ ਹੋ ਕੇ ਜੰਗਲਾਂ ਵਿੱਚ ਧੂਣੀ ਰਮਾ ਲੈਣ ਨਾਲ ਬੇਲਿਆਂ ਵਿੱਚ ਲੁੱਕ ਜਾਣ ਨਾਲ ਜਾਂ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਚੜਨ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਗੁਰੂ ਨਾਨਕ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਕਦਮ ਪੁੱਟਣੇ ਪੈਣਗੇ ਇਮਾਰਤ ਕਿਹੜਾ ਹੈ ਜੀਵਤ 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 ਰਹੋ RAM ਰਸਾਇਣ ਨਿਤ ਉਠ ਪੀਵੋ ਪਰਮੇਸ਼ਵਰ ਦਾ ਨਾਮ ਤਾਂ ਪਰਿਵਾਰ ਦੇ ਵਿੱਚ ਰਹਿ ਕੇ ਵੀ ਜਪ ਜਾ ਸਕਦਾ ਹੈ ਇਸ ਸੰਸਾਰ ਦੇ ਵਿੱਚ ਸਰਵ ਉੱਤਮ ਜੋ ਮਰਿਆਦਾ ਹੈ ਉਹ ਹੈ ਪਰਿਵਾਰ ਦੇ ਵਿੱਚ ਰਹਿ ਕੇ ਸੰਸਾਰ ਦੇ ਵਿੱਚ ਵਿਚਰਦੇ ਆ ਗ੍ਰਿਹਸਤ ਧਰਮ ਦੀ ਮਰਿਆਦਾ ਜਿਸ ਗ੍ਰਿਹਸਤ ਧਰਮ ਕਾਰਨ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਹੋਇਆ ਭਲਾ ਉਹ ਕਿਵੇਂ ਮਾੜਾ ਹੋ ਸਕਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਮੂਲ ਉਪਦੇਸ਼ ਜੇ ਗ੍ਰਸਥ ਵਿੱਚ ਰਹਿ ਕੇ ਮਨ ਨਹੀਂ ਨ ਟਿਕਿਆ ਤੇ ਟਿਕਣਾ ਇਸ ਨੇ ਜੰਗਲਾਂ ਬੇਲਿਆਂ ਵਿੱਚ ਜਾ ਕੇ ਵੀ ਨਹੀਂ ਭਗਤ ਕਬੀਰ ਜੀ ਫਰਮਾਉਂਦੇ ਨੇ ਜੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਪਗੋੜਾ ਹੋ ਕੇ ਜੰਗਲਾਂ ਬੇਲਿਆਂ ਵੱਲ ਭੱਜ ਗਿਆ ਭਲਾ ਉੱਥੇ ਰੱਬ ਕਿਵੇਂ ਲੱਭੇਗਾ ਜਦੋਂ ਤੱਕ ਮਨ ਨੂੰ ਕੰਟਰੋਲ ਨਹੀਂ ਕੀਤਾ ਤੇ ਮਨ ਨੂੰ ਕੰਟਰੋਲ ਗੁਰ ਸ਼ਬਦ ਨੇ ਕਰਨਾ ਭਗਤ ਜੀ ਦਾ ਫਰਮਾਨ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਗ੍ਰਹ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਧਾ ਅਜ ਹੂੰ ਬਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੂਟਾਂ ਕਿਵੇਂ ਤਰਾਂ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੁਮਾਰੀ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ ਇਹ ਜੀਵਰਾ ਨਿਰਮੋਲ ਕੋ ਕੌਡੀ ਲਗ ਮੀਕਾ ਬਿਖੇ ਬਿਖੇ ਕੀ ਬਾਸਨਾ ਤਜੀ ਨਾ ਜਾਈ ਅਨੇਕ ਯਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਕਦੇ ਪੜੀਏ ਭਗਤ ਕਬੀਰ ਜੀ ਦੇ ਬਚਨ ਪੁਕਾਰ ਕਰਨ ਦੀ ਜਾਂਚ ਦਰਸਾਉਂਦੇ ਨੇ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੁਮ ਸੰਸਾਰ ਨਹੀਂ ਦਇਾਲ ਮੋਹੇ ਸੰਸਾਰ ਪਾਪੀ ਹਿਰਦਿਆਂ ਗਹਿਰਾਈਆਂ ਚੋਂ ਪੁਕਾਰ ਪ੍ਰਗਟ ਕਰੀ ਗੁਰਤੇਗ ਬਾਦਰ ਸਾਹਿਬ ਦੇ ਪਾਵਨ ਬਚਨ ਸਾਹਮਣੇ ਆ ਗਏ ਕਹੇਰੇ ਬਨ ਖੋਜਨ ਜਾਈ ਦਿਸ ਇਜ਼ ਅ ਕੁਐਸਚਨ ਮਾਰਕ ਪਰਿਵਾਰ ਨੂੰ ਤਿਆਗ ਕੇ ਜੰਗਲਾਂ ਬੇਲਿਆਂ ਵਿੱਚ ਕੀ ਕਰਨ ਤੁਰਿਆ ਕਿਨੂੰ ਲੱਭਣ ਗਿਆ ਕਹੇਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਤਾਂ ਹਰ ਵੇਲੇ ਤੇਰੇ ਨਾਲ ਹੈ ਐਗਜ਼ਾਮਪਲ ਦਿੰਦੇ ਨੇ ਵਾਕਮਾਲ ਟੰਗ ਦੇ ਨਾਲ ਉਦਾਹਰਣ ਦੇ ਕੇ ਸਮਝਾਉਂਦੇ ਨੇ ਪੋਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਫੁੱਲ ਦੇ ਵਿੱਚ ਸੁਗੰਧੀ ਹੈ ਇਸ ਸੁਗੰਧੀ ਦਾ ਆਨੰਦ ਤੇ ਮਾਣਿਆ ਜਾ ਸਕਦਾ ਪਰ ਇਹਨੂੰ ਵੇਖਿਆ ਨਹੀਂ ਜਾ ਸਕਦਾ ਜਿਵੇਂ ਦਰਪਣ ਦੇ ਵਿੱਚ ਕਾਇਆ ਨਜ਼ਰ ਤਾਂ ਆਉਂਦੀ ਏ ਪਰ ਇਸ ਕਾਇਆ ਨੂੰ ਦਰਪਣ ਦੇ ਵਿੱਚੋਂ ਫੜਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਵਿੱਚ ਪਰਮੇਸ਼ਵਰ ਦਿ얄 ਸੁਭਾਏਮਾਨ ਹੈ ਵਰਤ ਰਿਹਾ ਹਰ ਥਾਂ ਉਸ ਨੂੰ ਅੰਗ ਸੰਗ ਜਾਣ ਐਸਾ ਜੋਗ ਕਰ ਐਸਾ ਜੋਗ ਕਮਾਓ ਜੋਗੀ ਕਲਗੀਧਰ ਪਾਤਸ਼ਾਹ ਸਮਝਾਉਂਦੇ ਨੇ ਜਿੱਥੋਂ ਅੱਜ ਦੀ ਸੇਵਾ ਆਰੰਭ ਹੋਈ ਮਹਾਰਾ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਰੇ ਮਨ ਐਸੋ ਕਰ ਸੰਿਆਸਾ ਜੇ ਸੰਿਆਸੀ ਬਣਨਾ ਚਾਹੁੰਨਾ ਹੈ ਤੇ ਐਸਾ ਸੰਿਆਸੀ ਬਣ ਜੰਗਲਾਂ ਬੇਲਿਆਂ ਵਿੱਚ ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਲੁਕਣ ਦੀ ਲੋੜ ਨਹੀਂ ਰੇਮਨ ਐਸੋ ਕਰਸ ਨੇ ਆਸਾ ਬਨਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਦਾਸਾ ਜਤ ਕੀ ਜਟਾ ਜੋਗ ਕੋ ਮਜਨ ਮਜਨ ਪਾਉ ਇਸ਼ਨਾਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਜਦ ਕੀ ਜਟਾ ਜੋਗ ਕੋ ਮਜਨ ਨੇਮ ਕੇ ਨਖਨ ਬਡਾਓ ਸੋ ਜਦੋਂ ਸਤਗੁਰ ਦੀਨ دیয়াল ਦੇ ਐਸੇ ਬਾ ਕਮਾਲ ਬਚਨ ਸਿੱਖਿਆ ਰੂਪ ਦੇ ਵਿੱਚ ਜੀਵਨ ਵਿੱਚ ਪ੍ਰਗਟ ਹੁੰਦੇ ਨੇ ਮਨੁੱਖ ਦੀ ਇੱਕ ਐਸੀ ਸੁਚੱਜੀ ਖੇੜ ਬਣ ਜਾਂਦੀ ਹੈ ਜੋ ਗੁਰਬਾਣੀ ਦਾ ਸਰੂਪ ਹੋ ਕੇ ਪਰਮੇਸ਼ਵਰ ਦੇ ਵਿੱਚ ਇੱਕਮਿਕ ਹੋਣ ਦਾ ਸੁਚੱਜਾ ਮਾਰਗ ਬਖਸ਼ਿਸ਼ ਕਰਦੀ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਗਭਗ 6 ਵਰੀਆਂ ਦੀ ਅਰਜਾ ਸ੍ਰੀ ਪਟਨਾ ਸਾਹਿਬ ਦੀ ਮੁਬਾਰਕ ਧਰਤੀ ਜ਼ਰਰੇ ਜ਼ਰਰੇ ਨੂੰ ਕਦਮ ਬੋਸੀ ਦੇ ਨਾਲ ਛਰਸਾਰ ਕੀਤਾ ਇਲਾਕਾ ਨਿਵਾਸੀਆਂ ਨੂੰ ਸੱਚ ਦਾ ਸਨੇਹਾ ਬਖਸ਼ਿਸ਼ ਕਰਕੇ ਪਰਮਾਤਮਾ ਦੇ ਨਾਲ ਜੁੜਨ ਦਾ ਮੌਕਾ ਤੇ ਹੌਕਾ ਬਖਸ਼ਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨੇਹੇ ਨੂੰ ਮੰਨ ਕੇ ਹੁਕਮ ਜਾਣ ਕੇ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਏ ਕਿਵੇਂ ਰਾਹ ਦੇ ਵਿੱਚ ਇਲਾਕੇ ਦੀਆਂ ਸੰਤਾਂ ਨੂੰ ਨਦਰੀ ਨਦਰ ਨਿਹਾਲ ਕਰਦਿਆਂ ਕੀਰਤਪੁਰ ਸਾਹਿਬ ਪੁਜੇ ਇਹ ਪਵਨ ਇਤਿਹਾਸ ਆਪ ਜੀ ਨੇ ਪਿਛਲੇ ਐਪੀਸੋਡ ਦੇ ਵਿੱਚ ਸਰਵਣ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਗੁਰਤੇਗ ਬਹਾਦਰ ਸਾਹਿਬ ਨੇ ਕੁਝ ਪਿਆਰ ਵਾਲੇ ਸਿੱਖਾਂ ਨੂੰ ਭੇਜਿਆ ਜੋ ਗੁਰੂ ਸਾਹਿਬ ਦੀ ਕਦਮਬੋਸੀ ਕਰਨ ਦੇ ਲਈ ਹਾਜ਼ਰ ਹੋਏ। ਬڑے ਸਤਕਾਰ ਨਾਲ ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਜਗਤ ਗੁਰੂ ਬਾਬਾ ਜੀ ਆਪਣੇ ਜੀਵਨ ਬਰਤਾਂਤ ਨੂੰ ਕਾਵ ਰੂਪ ਦੇ ਵਿੱਚ ਆਪ ਲਿਖਣਾ ਕਰਦੇ ਨੇ ਇੰਨਾ ਸਮਿਆਂ ਵਿੱਚ ਆਨੰਦਪੁਰ ਸਾਹਿਬ ਗੁਰਮਤ ਦਾ ਇੱਕ ਸੁਚੱਜਾ ਕੇਂਦਰ ਬਣ ਚੁੱਕਾ ਸੀ। ਪ੍ਰਸਿੱਧ ਵਿਦਵਾਨ ਇੱਥੇ ਦੁਨੀਆਵੀ ਅਤੇ ਧਾਰਮਿਕ ਵਿਦਿਆ ਪ੍ਰਾਪਤ ਕਰ ਰਹੇ ਸਨ। ਔਰੰਗਜ਼ੇਬ ਦੇ ਉਤਾਵ ਤੋਂ ਬਚਣ ਲਈ ਕਈਆਂ ਨੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਰਨ ਲੈ ਲਈ ਸੀ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਮਦਰਸੇ ਦਾ ਮੁਖੀ मुंशी पीर मोहम्मद काजी ਤੇ ਪੜ੍ਹਸ਼ਾਲਾ ਦਾ ਪ੍ਰਬੰਧ मुंशी ਸਾਹਿਬ ਚੰਦ ਚਲਾ ਰਹੇ ਸਨ ਦੋਵਾਂ ਨੇ ਕੁਝ ਸਮੇਂ ਵਿੱਚ ਹੀ ਅਰਬੀ ਫਾਰਸੀ ਤੇ ਸੰਸਕ੍ਰਿਤ ਦੀ ਅਖਰੀ ਵਿਦਿਆ ਗੁਰੂ ਗੋਬਿੰਦ ਸਾਹਿਬ ਜੀ ਨੂੰ ਦਿੱਤੀ ਭਾਈ ਚੋਪਾ ਸਿੰਘ ਜੀ ਅਤੇ ਗੁਰੂ ਕੀਆਂ ਸਾਖੀਆਂ ਅਨੁਸਾਰ ਸੰਸਕ੍ਰਿਤ ਦੀ ਉੱਚ ਵਿਦਿਆ ਪੰਡਤ ਕਿਰਪਾ RAM ਦਤ ਬ੍ਰਾਹਮਣ ਮਟਨ ਨਿਵਾਸੀ ਦੀ ਸੇਵਾ ਲਗਾਈ ਗਈ ਇੱਥੇ ਇਹ ਗੱਲ ਯਾਦ ਰੱਖਣੀ ਅਤਿ ਲਾਜ਼ਮੀ ਹੈ ਕਿ ਜਦੋਂ ਕਸ਼ਮੀਰੀ ਪੰਡਤ ਗੁਰਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਫਰਿਆਦੀ ਬਣ ਕੇ ਆਏ ਸਨ ਤਾਂ ਉਹਨਾਂ ਦੀ ਅਗਵਾਈ ਪੰਡਤ ਕਿਰਪਾ RAM ਜੀ ਹੀ ਕਰ ਰਹੇ ਸਨ ਇਹਨਾਂ ਨੂੰ ਹੀ ਅਮਰਨਾਥ ਆਵਾਜ਼ਾ ਪ੍ਰਗਟ ਹੋਇਆ ਸੀ ਕਿ ਤੁਹਾਡੀ ਰੱਖਿਆ ਜੇ ਕੋਈ ਕਰ ਸਕਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਨੰਦਨ ਗੁਰਤੇਗ ਬਹਾਦਰ ਸਾਹਿਬ ਹੀ ਤੁਹਾਨੂੰ ਬਚਾ ਸਕਦੇ ਹਨ ਇਸ ਪ੍ਰਕਾਰ ਹੁਣ ਕੋਈ ਕਿਸੇ ਪ੍ਰਕਾਰ ਦਾ ਭਲੇਖਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਪੰਡਤ ਕਿਰਪਾ ਰਾਮ ਜੀ ਆਪ ਅਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਸ ਟਿਕ ਕੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋ ਚੁੱਕੇ ਸਨ ਗੁਰਤੇਗ ਬਹਾਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਈ ਵੇਰਾਂ ਸੰਗਤ ਵਿੱਚ ਬੈਠਿਆਂ ਜਗਤ ਦੇ ਦੁੱਖ ਸੁਣ ਕੇ ਐਸੇ ਬਚਨ ਉਚਾਰਿਆ ਕਰਦੇ ਸਨ ਕਿ ਮੇਰਾ ਪਰਯੋਜਨ ਸੀਸ ਸਾਥ ਕੁਛ ਨਹੀਂ ਮਨ ਹਮਾਰਾ ਕਿਸੇ ਅਵਰ ਸੰਕਲਪ ਮੇ ਖੇਲਤਾ ਹੈ ਤੇ ਉਹ ਸੰਕਲਪ ਸੀ ਸ਼ਹਾदत ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਆਨ ਤੇ ਪਾਠ ਵੱਲੋਂ ਗੁਰਤੇਗ ਬਹਾਦਰ ਸਾਹਿਬ ਨੇ ਆਪੂ ਪੂਰਾ ਧਿਆਨ ਦਿੱਤਾ ਭਾਈ ਕੇਸਰ ਸਿੰਘ ਨੇ ਬੰਸਾਵਲੀ ਨਾਮਾ ਵਿੱਚ ਲਿਖਿਆ ਹੈ ਕਿ ਭਾਈ ਹਰਜਸ ਰਾਏ ਨੇ ਗੁਰਮੁਖੀ ਅੱਖਰ ਲਿਖਣੇ ਸਿਖਾਏ ਪਾਈ ਜੀ ਦਾ ਸਨਮਾਨ ਇੱਕ ਵਿਦਵਾਨ ਦੇ ਤੌਰ ਤੇ ਗੁਰੂ ਦੇ ਦਰਬਾਰ ਵਿੱਚ ਹੁੰਦਾ ਸੀ ਹਰ ਜਸ ਰਾਏ ਸਿੱਖ ਬ੍ਰਾਹਮਣ ਗੁਰਮੁਖੀ ਫਾਰਸੀ ਸ਼ਾਸਤਰੀ ਪੜਿਆ ਜੈਮਨ ਉਸ ਪਾਸੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਮੁਖੀ ਦੇ ਅੱਖਰ ਸਿੱਖੇ ਇੱਕ ਸਾਲ ਵਿੱਚ ਸਾਰਾ ਫਾਰਸੀ ਇਲਮ ਤੇ ਲਗਭਗ 6 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜ਼ਬਾਨੀ ਕੰਠ ਕਰ ਲੈਣਾ ਤੇ ਗੋਜ ਭਾਉ ਸਮਝ ਲੈਣਾ ਇਹ ਸਮਰਾਥ ਕਰਤੇ ਦੀ ਆਪਣੀ ਖੇਡ ਹੈ ਅਖਰੀ ਵਿਦਿਆ ਦੇ ਨਾਲ ਨਾਲ ਗੁਰਤੇਗ ਬਾਦਰ ਸਾਹਿਬ ਨੇ ਸ਼ਸਤਰ ਵਿਦਿਆ ਦਾ ਖਾਸ ਪ੍ਰਬੰਧ ਕੀਤਾ ਘੋੜਸਵਾਰੀ ਤੀਰ ਅੰਦਾਜ਼ੀ ਨਿਜ਼ਾਬਾਜੀ ਤਰਾਕੀ ਦਾ ਵੱਲ ਇਹ ਸਾਰੀਆਂ ਕਲਾਵਾਂ ਦੇ ਵਿੱਚ ਸਤਿਗੁਰੂ ਬਾਲ ਉਮਰੇ ਹੀ ਨਿਪੁੰਨ ਹੋ ਗਏ ਗੁਰੂ ਸਾਖੀਆਂ ਅਨੁਸਾਰ ਘੋੜੇ ਦੀ ਅਸਵਾਰੀ ਅਤੇ ਸ਼ਸਤਰ ਵਿਦਿਆ ਸਿਖਾਉਣ ਦੀ ਸੇਵਾ ਪਾਈ ਬੱਜਰ ਸਿੰਘ ਸਾਧਰਾ ਦੇ ਜੇਮੇ ਲਾਈ ਗਈ ਲਗਭਗ 3 ਵਰਿਆਂ ਦੇ ਅੰਦਰ ਜਦੋਂ ਸਤਿਗੁਰੂ ਦੀ ਦੁਨੀਆਵੀ ਅਰਜਾ 9 ਵਰਿਆਂ ਦੀ ਹੋਈ ਸਤਿਗੁਰੂ ਜੀ ਨੇ ਸੰਸਾਰੀ ਵਿਹਾਰੀ ਤੇ ਜੰਗੀ ਵਿਦਿਆ ਪੂਰਨ ਤੌਰ ਤੇ ਪ੍ਰਾਪਤ ਕਰ ਲਈ ਜੋ ਚੌਂਠ ਵਿਦਿਆ ਜਗਤ ਦੀਆਂ ਹਨ ਉਹ ਸਭੇ ਗੁਰੂ ਸਾਹਿਬ ਨੇ ਸਿੱਖ ਲਈਆਂ 64 ਵਿਦਿਆ ਜੋ ਜਗਚਾਰੀ ਸਿੱਖੀ ਸ੍ਰੀ ਗੁਰੂ ਨਿਮਖ ਮੰਜਾਰੀ ਇਤਿਹਾਸਕਾਰਾਂ ਦੇ ਬੋਲੇ ਆਪ ਜੀ ਦੀ ਨੋਹਾਰ ਬਹੁਤ ਤਿੱਖੀ ਤੇ ਕਦ ਕਾਠ ਪਰਵਾ ਸਮੇਂ ਨੂੰ ਜਿਵੇਂ ਗੁਜ਼ਾਰਦੇ ਸਨ ਉਸ ਬਾਰੇ ਬੰਸਾਵਲੀ ਦੇ ਲਿਖਾਰੀ ਨੇ ਜ਼ਿਕਰ ਕੀਤਾ ਹੈ ਇੱਕ ਜਾਮ ਭਜਨ ਦੋ ਜਾਮ ਖੇਡ ਇੱਕ ਜਾਮ ਕਥਾ ਅਤੇ ਰਾਤ ਨੂੰ ਪ੍ਰਸ਼ਾਦਾ ਛਕਣ ਉਪਰੰਤ ਰਾਜਨੀਤੀ ਦੇ ਸਬੰਧ ਵਿੱਚ ਗੱਲਾਂ ਕਰਦੇ ਸਨ ਔਰੰਗਜ਼ੇਬ ਦੇ ਹੁਕਮ ਅਤੇ ਅਤਿਆਚਾਰਾਂ ਕਰਕੇ ਥਾਂ-ਥਾਂ ਤਰ ਤਰਉ ਰਹੀ ਸੀ ਇਕੱਠੇ ਹੋ ਕੇ ਨਾ ਟਰਨ ਵਾਲੀ ਰੁਚੀ ਨੇ ਕਿਧਰੇ ਵੀ ਸਿਰ ਨਾ ਉਠਾਉਣ ਦਿੱਤਾ ਛੋਟੀਆਂ ਛੋਟੀਆਂ ਬਗਾਵਤਾਂ ਹੋਈਆਂ ਪਰ ਸਿੱਟਾ ਕੋਈ ਨਾ ਨਿਕਲਿਆ ਔਰੰਗਜ਼ੇਬ ਨੇ ਵੀ ਇਹ ਜਾਣ ਲਿਆ ਕਿ ਇਸਲਾਮ ਦੇ ਪ੍ਰਚਾਰ ਲਈ ਇੱਕ ਸਿਰੇੋਂ سلسلے ਨਾਲ ਹੱਥ ਪਾਉਣਾ ਲਾਜ਼ਮੀ ਹੈ ਭਾਵੇਂ ਸਮਾਪਾ ਕੇ ਇਤਿਹਾਸਕਾਰਾਂ ਨੇ ਔਰੰਗਜ਼ੇਬ ਨੂੰ ਇਸਲਾਮ ਦੇ ਪ੍ਰਚਾਰ ਦੇ ਪੱਥੇ ਦਾ ਅਖੀਰਲਾ ਤੀਰ ਭਾਉ ਖੰਦਗੇ ਆਖਰੀ ਵੀ ਕਿਆ ਉਸ ਔਰੰਗਜ਼ੇਬ ਨੇ ਇਸ ਮੰਤਬ ਲਈ ਕਸ਼ਮੀਰ ਦੀ ਚੋਣ ਕੀਤੀ ਕਸ਼ਮੀਰ ਦੀ ਚੋਣ ਕਰਨ ਦੇ ਇਤਿਹਾਸਕਾਰਾਂ ਦੇ ਅਨੁਸਾਰ ਚਾਰ ਕਾਰਨ ਸਨ ਪਹਿਲਾ ਕਸ਼ਮੀਰੀ ਪੰਡਤ ਵਿਦਵਾਨ ਕਰਕੇ ਪ੍ਰਸਿੱਧ ਜਾਣੇ ਜਾਂਦੇ ਸਨ ਔਰੰਗਜ਼ੇਬ ਨੇ ਸੋਚਿਆ ਕਿ ਜੇ ਪੰਡਤ ਇਸਲਾਮ ਕਬੂਲ ਕਰ ਗਏ ਤਾਂ ਬਾਕੀ ਅਨਪੜ੍ਹ ਤੇ ਮੂੜ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਆਸਾਨ ਹੋ ਜਾਵੇਗਾ ਤੇ ਉਹ ਇਸਲਾਮ ਦੇ ਪ੍ਰਚਾਰਕ ਬਣ ਕੇ ਬਾਕੀਆਂ ਨੂੰ ਵੀ ਦੀਨ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ ਕਰਨਗੇ ਔਰੰਗਜ਼ੇਬ ਆਪ 1664 ਵਿੱਚ ਕਸ਼ਮੀਰ ਹੋ ਆਇਆ ਸੀ ਭਾਈ ਮਨੀ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਇੱਕ ਦਿਨ ਇਸ ਔਰੰਗਜ਼ੇਬ ਬਾਦਸ਼ਾਹ ਨੇ ਵਿਚਾਰਿਆ ਇਹ ਜੋ ਬ੍ਰਾਹਮਣ ਹਨ ਹਿੰਦੂਆਂ ਨੂੰ ਵਿਦਿਆ ਦਿੰਦੇ ਹਨ ਜੇ ਪਹਿਲਾਂ ਬ੍ਰਾਹਮਣਾ ਨੂੰ ਦੀਨ ਵਿੱਚ ਲਿਆਂਦਾ ਜਾਵੇ ਤੇ ਸਭ Hindu ਧਰਮ ਤੋਂ ਹੀਣ ਹੋਏ ਆਪ ਮੇਰੇ ਮਜ਼ਹਬ ਵਿੱਚ ਆ ਜਾਣਗੇ ਬ੍ਰਾਹਮਣਾਂ ਨੂੰ ਬਹੁਤਿਆਂ ਨੂੰ ਪਕੜ ਕੇ ਮੁਸਲਮਾਨ ਕਰਨ ਲੱਗਾ ਦੂਜਾ ਕਾਰਨ ਸੀ ਕਸ਼ਮੀਰ ਦੇ ਨੇੜੇ ਹੀ ਪੇਸ਼ਾਵਰ ਤੇ ਕਾਬਲ ਸਨ ਜੇ ਕਸ਼ਮੀਰੀ ਬ੍ਰਾਹਮਣ ਕੁਝ ਵੀ ਹੀਲ ਜਾਂ ਹੁਜਤ ਕਰਨਗੇ ਤੇ ਜਹਾਦ ਦਾ ਝੰਡਾ ਚੁੱਕ ਕੇ ਉਹਨਾਂ ਕੋਲੋਂ ਈਨ ਮਲਵਾ ਲਈ ਜਾਏਗੀ ਆਪਣੇ ਧਰਮ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਕਸ਼ਮੀਰ ਦੀ ਚੋਣ ਕਰਨ ਦਾ ਤੀਜਾ ਕਾਰਨ ਸੀ ਕਿ ਕਸ਼ਮੀਰ ਦੇ ਮੁਸਲਮਾਨ ਬਣਨ ਨਾਲ ਪ੍ਰਭਾਵ ਖੇਤਰ ਵੱਧ ਜਾਏਗਾ ਕਸ਼ਮੀਰ ਦੀ ਰਣਨੀਤਕ ਮਹੱਤਤਾ ਉਸ ਤੇ ਕਬਜ਼ਾ ਕਰਨ ਦੀ ਮੰਗ ਕਰਦੀ ਸੀ ਤੇ ਚੌਥਾ ਕਾਰਨ ਕਸ਼ਮੀਰੀ ਪੰਡਤ ਲਾਲਤ ਵਿੱਚ ਜੇ ਫਸ ਗਏ ਤੇ ਧਰਮ ਪ੍ਰਚਾਰ ਦਾ ਕੰਮ ਹੋਰ ਆਸਾਨ ਹੋ ਜਾਏਗਾ ਸੋ ਉਸਨੇ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਕਸ਼ਮੀਰ ਭੇਜਿਆ ਅਤੇ ਲਾਹੌਰ ਦਾ ਗਵਰਨਰ ਵੀ ਹਮਸ਼ੀਰ ਫਿਦਾਇਕ ਖਾਨ ਨੂੰ ਥਾਪਿਆ ਇਤਿਹਾਸਕਾਰਾਂ ਦੇ ਅਨੁਸਾਰ ਇਫਤਖਾਰ ਖਾਨ ਨੇ ਪੰਡਤਾਂ ਤੇ ਜ਼ੁਲਮ ਢਾਉਣੇ ਆਰੰਭ ਕਰ ਦਿੱਤੇ ਜ਼ੁਲਮਾਂ ਦੀ ਜਦੋਂ ਅਤ ਹੋ ਗਈ ਤਾਂ ਕੁਝ ਪੰਡਤ ਇਕੱਠੇ ਹੋ ਕੇ ਆਪਣੇ ਇਸ਼ਟ ਸ਼ਿਵਜੀ ਪਾਸ ਸਹਾਇਤਾ ਮੰਗਣ ਲਈ ਅਮਰਨਾਥ ਗਏ ਉੱਥੇ ਹੀ ਇਹਨਾਂ ਪੰਡਤਾਂ ਵਿੱਚੋਂ ਕਿਸੇ ਇੱਕ ਪੰਡਤ ਨੂੰ ਰਾਤ ਵੇਲੇ ਸ਼ਿਵ ਜੀ ਨੇ ਸੁਪਨੇ ਵਿੱਚ ਆ ਕੇ ਕਿਹਾ ਕਿ ਤੁਹਾਡੀ ਇਸ ਵਿਪਤਾ ਵਿੱਚ ਕੋਈ ਰੱਖਿਆ ਕਰ ਸਕਦਾ ਹੈ ਤੇ ਸਿੱਖਾਂ ਦਾ ਨੋਵਾ ਗੁਰੂ ਤੇਗ ਬਹਾਦਰ ਹੈ ਉਸ ਨੇ ਸਵੇਰੇ ਉੱਠ ਕੇ ساری ਵਾਰਤਾ ਆਪਣੇ ਸਾਥੀਆਂ ਨੂੰ ਸੁਣਾਈ ਤੇ ਵਿਚਾਰ ਕਰਕੇ ਪੰਡਤ ਅਨੰਦਪੁਰ ਸਾਹਿਬལ་ਚਾਲ ਪਏ ਦੁਖੀ ਵਿਪਰ ਜੋ ਚੱਲ ਕੇ ਆਏ ਪੂਰੀ ਆਨੰਦ ਬਾਹਾਂ ਸਾਡੀ ਪਕਰੀਏ ਗੁਰੂ ਹਰ ਗੋਬਿੰਦ ਕੇ ਚੰਦ ਇਤਿਹਾਸਕਾਰਾਂ ਦੇ ਅਨੁਸਾਰ 25 ਮਈ ਸਨ 1675 ਈਸਵੀ ਇਹ ਪੰਡਤ 71 ਹੋ ਕੇ ਬਿਨਾਂ ਕਰਨ ਲਈ ਗਲ ਵਿੱਚ ਪੱਲਾ ਪਾ ਕੇ आनंदपुर साहब धरती श्री गुरु तेग बहादुर साहब ਦੇ ਚਰਨਾਂ ਵਿੱਚ حاضر ਹੋਏ ਗਜ ਕੇ ਬੰਧਨ ਕਾਟਨ ਹਾਰੇ ਤੁਮ ਗੁਰੂ ਨਾਨਕ ਹੈ ਅਵਤਾਰੇ ਜਿਮ ਦ੍ਰੋਪਦੀ ਰਾਖੀ ਲਾਜ ਦੇਵ ਸਵਾਰ ਸੁਦਾਮੇ ਕਾਜ ਇਤਿਹਾਸਕਾਰਾਂ ਦੇ ਬਚਨ ਕਿਵੇਂ ਜੋੜੜੀ ਕੀਤੀ ਹੋਵੇਗੀ ਕਿਵੇਂ ਬੇਨਤੀ ਕੀਤੀ ਹੋਵੇਗੀ ਭਾਈ ਸਾਹਿਬ ਗੁਰਦਾਸ ਜੀ ਫਰਮਾਉਂਦੇ ਹਨ ਗੁਰੂ ਨਾਨਕ ਸਭ ਕੇ ਸਿਰ ਤਾਜਾ ਜਿਸ ਕੋ ਸਿਵਰ ਸਰੇ ਸਭ ਕਾਜਾ ਸੋ ਇਤਿਹਾਸਕਾਰਾਂ ਦੇ ਇਹਨਾਂ ਪਾਵਨ ਬਚਨਾਂ ਤੋਂ ਇਸ ਗੱਲ ਦੀ ਜਾਣਕਾਰੀ ਸਹਿਜ ਸਬਾਏ ਪ੍ਰਾਪਤ ਹੁੰਦੀ ਹੈ ਔਰੰਗਜ਼ੇਬ ਦਾ ਅਤਿਆਚਾਰ ਹਿੰਦੂ ਧਰਮ ਤੇ ਕਿਵੇਂ ਅਗ ਬਣ ਕੇ ਵਸਿਆ ਹੋਵੇਗਾ ਇਹ ਕੋ ਛੋਟੀ ਬਾਤ ਨਹੀਂ ਤਲਵਾਰ ਦੀ ਨੋਕ ਤੇ ਧਰਮ ਦਾ ਪ੍ਰਚਾਰ ਇਹ ਕਿਸੇ ਧਰਮੀ ਦਾ ਕਾਰਜ ਨਹੀਂ ਹੋ ਸਕਦਾ ਸੋ ਸਤਗੁਰ ਦਿਆਲ ਜੋ ਇਸ ਸੰਸਾਰ ਦੇ ਭਲੇ ਖਾਤਰ ਪ੍ਰਗਟ ਹੋਏ ਸਨ ਕਿਵੇਂ ਉਹਨਾਂ ਨੇ ਇਹ ਖੇਡ ਰਚਾਈ ਐਸੇ ਵਾਰਤਾ ਨੂੰ ਨਿਰੰਤਰ ਜਾਰੀ ਰੱਖਾਂਗੇ ਭੁੱਲਾਂ ਬਖਸ਼ ਲੈਣਾ ਗੱਜ-ਬੱਜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ